हेलो। हेलो। हाँ हाँ जी, जी, गुड आफ्टरनून सर। गुड आफ्टरनून जी। हाँ सर, मैं लोन डिपार्टमेंट बात कर रही हूँ लुधियाना से। हाँ हाँ जी मैडम, जी सर, आपको लोन की रिक्वायरमेंट थी सर। ओके लोन मैडम चाहिए जी। हाँ जी सर, कितने की रिक्वायरमेंट है सर आपको? मैडम, 9,000 करोड़ रुपए दी। 9,000 करोड़ रुपए दी थोनू किने नंबर दिता मेरा जी? 9,000 करोड़ चाहिए जी। सर। हमें तो हमारे सर डाटा प्रोवाइड करते हैं सर। हाँ जी, 9,000 करोड़ रुपए का चाहिए मैडम। एक्चुअली मैं थोनू दस भी दिना भी 8,300 करोड़ रुपए की विजय माल्या की प्रॉपर्टी मिलती है, वो जो आप लैके बेचते हैं 9,000 करोड़ की बिक जानी है। अच्छा वो 700 करोड़ का फायदा अपना, अद्धा चाहे तुसी रख लियो, अद्धा मैनू दे दियो। 350 करोड़ तुसी रख लियो, 350 करोड़ मैं रख लूँ। ਉਹ ਅੱਧੇ ਕਿੱਦਾਂ ਸਰ, ਮਤਲਬ ਕਿ ਸਮਝ ਨਹੀਂ ਆ ਰਿਹਾ ਮੈਨੂੰ ਕਲੀਅਰਲੀ। ਤੁਸੀਂ, ਮੈਂ ਤੁਹਾਨੂੰ ਕਲੀਅਰ ਸਮਝਾਉਣਾ। ਵਿਜੇ ਮਾਲਿਆ ਨਾ, ਇੱਕ ਮਿੰਟ ਸਰ, ਇੱਕ ਮਿੰਟ। ਹਾਂਜੀ ਸਰ, ਬੋਲੋ। ਵਿਜੇ ਮਾਲਿਆ ਹੈਗਾ ਨਾ, ਵਿਜੇ ਮਾਲਿਆ। ਹਾਂਜੀ ਬੋਲੋ। ਵਿਜੇ ਮਾਲਿਆ ਵਾ ਜਿਹੜਾ, ਉਹ ਉਹਦੀ ਪ੍ਰਾਪਰਟੀ ਕੁਰਕ ਕੀਤੀ ਹੈ ਇਹਨਾਂ ਨੇ। 9,000 ਦੀ, 9,000 ਕਰੋੜ ਰੁਪਏ ਦੀ ਪ੍ਰਾਪਰਟੀ ਆ, ਉਹ 8,300 ਕਰੋੜ ਚ ਉਹ ਦੇ ਰਹੇ ਆ ਮੈਨੂੰ। ਉਹ ਜਦੋਂ ਆਪਾਂ 8,300 ਕਰੋੜ ਰੁਪਇਆ ਆਪਾਂ ਉਹਨੇ ਦੀ ਵੇਚਦੇ, ਆਪਾਂ ਜਦੋਂ ਖਰੀਦ ਲਈ, ਜਦੋਂ ਆਪਾਂ ਵੇਚਾਂਗੇ ਉਹ 9,000 ਕਰੋੜ ਦੀ ਵਿਕੂ। ਉਹ ਜੇ ਉਹਦੇ ਚੋਂ 700 ਕਰੋੜ ਰੁਪਏ ਦਾ ਬੈਨੀਫਿਟ ਆ, ਉਹ ਆਪਾਂ ਦੋਨੋਂ ਅੱਧੇ ਅੱਧੇ ਕਰ ਲਾਂਗੇ। ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ? 350 ਕਰੋੜ ਆ ਜਾਣਾ ਤੁਹਾਨੂੰ, ਆ ਜੋਬਾਂ ਜੁਬਾਂ ਕਰਨ ਦੀ ਲੋੜ ਨਹੀਂ ਪੈਣੀ, ਆਪਦੀ ਬੈਂਕ ਖੋਲ ਕੇ ਬਹਿ ਜਿਓ। ਬੈਂਕ ਨਾ ਸਹੀ ਆ, ਏਜੰਸੀ ਤਾਂ ਖੋਲੀ ਜਾਣੀ ਆ, ਫਾਈਨਾਂਸ ਕੰਪਨੀ ਤਾਂ ਖੋਲੀ ਜਾਊ, ਬੈਂਕ ਨਾ ਸਹੀ। ਕੀ ਵਿਚਾਰ ਆ? ਪਾਰਟਨਰਸ਼ਿਪ ਚ ਖੋਲ ਲਿਓ, 350 ਚੋਂ 200 ਕਰੋੜ ਰੁਪਇਆ ਮੰਮੀ ਡੈਡੀ ਨੂੰ ਦੇ ਦਿਓ, 150 ਕਰੋੜ ਮੇਰਾ, 150 ਕਰੋੜ ਤੁਹਾਡਾ, 300 ਕਰੋੜ ਰੁਪਏ ਦੇ ਵਿੱਚ ਆਪਾਂ ਫਾਈਨਾਂਸ ਕੰਪਨੀ ਖੋਲ ਲਾਂਗੇ। ਕਰਨਾ ਕੀ ਪੈਣਾ ਸਰ ਇਸ ਦੇ ਲਈ ਮੈਨੂੰ ਜੀ? ਇਸ ਦੇ ਲਈ 8,300 ਕਰੋੜ ਰੁਪਏ ਦਾ ਲੋਨ ਦੇਣਾ ਪੈਣਾ ਮੈਨੂੰ। ਸੌਰੀ ਸਰ। ਮੈਡਮ ਥੋੜਾ ਬਹੁਤ ਘਟਾ ਲਓ, 100-50 ਰੁਪਇਆ ਘੱਟ ਦੇ ਦਿਓ। ਸਰ ਪਹਿਲੇ ਇਹ ਤਾਂ ਦੱਸੋ ਨਾ, ਤੁਸੀਂ ਕਰਦੇ ਕਿਉਂ, ਕੀ ਮੈਡਮ ਕਰਦੇ ਹੋ? ਮੈਂ ਇਹੋ ਜਿਹੀਆਂ ਜੋਬ ਡਿਸਪਿਊਟਡ ਪ੍ਰਾਪਰਟੀ ਨਹੀਂ ਚੱਕਦਾ ਜੀ। ਅੱਗੇ ਮੈਂ ਇੱਕ ਪ੍ਰਾਪਰਟੀ ਚੱਕੀ ਸੀਗੀ, ਉਹਦੇ ਚੋਂ ਮੈਨੂੰ 70-80 ਹਜ਼ਾਰ ਕਰੋੜ ਬਚ ਗਿਆ ਸੀਗਾ। ਅੱਛਾ ਜੀ, ਡਿਸਪਿਊਟਡ ਪ੍ਰਾਪਰਟੀ ਨਹੀਂ ਚੱਕਣਾ ਮੈਂ। ਦੇਖੋ ਬਣਾਓ ਪ੍ਰੋਗਰਾਮ। ਸਰ ਮੈਂ ਨਾ ਆਪਣੇ ਸੀਨੀਅਰ ਨਾਲ ਗੱਲ ਕਰਕੇ ਤੁਹਾਨੂੰ ਫਿਰ ਕੰਟੈਕਟ ਕਰਦੀ ਹਾਂ ਸਰ। ਜ਼ਰੂਰ ਜ਼ਰੂਰ ਦੱਸਿਓ ਮੈਡਮ, ਭੁੱਲ ਨਾ ਜਾਇਓ, ਇਹ ਓਪਰਚੁਨਿਟੀ ਆ ਤੁਹਾਡੇ ਕੋਲੇ। ਸੀਨੀਅਰ ਨੂੰ ਵਿੱਚ ਪਾ ਲਿਓ, ਆਪਾਂ 700 ਕਰੋੜ ਤੇ 3 ਹਿੱਸੇ ਕਰ ਲਾਂਗੇ। ਹੋਰ ਦੱਸੋ। ਠੀਕ ਹੈ ਸਰ, ਠੀਕ ਹੈ ਜੀ, ਕੋਈ ਗੱਲ ਨਹੀਂ, ਮੈਂ ਸਰ ਨਾਲ ਗੱਲ ਕਰਵਾ ਦੂੰਗੀ। ਗੱਲ, ਹਾਂ ਗੱਲ ਕਰਵਾ ਕੇ ਮੈਨੂੰ ਦੱਸ ਤੁਸੀਂ ਉਹਨਾਂ ਨੂੰ ਪ੍ਰੋਸੀਜਰ ਸਮਝਾ ਦਿਓ, ਠੀਕ ਹੈ, ਕਿਉਂਕਿ ਮੇਰੇ ਸੀਨੀਅਰ ਨੇ, ਉਹਨਾਂ ਨੂੰ ਮੇਰੇ ਨਾਲ ਜ਼ਿਆਦਾ ਪਤਾ ਹੋਏਗਾ। ਕੋਈ ਨਾ ਫਿਰ ਮੈਡਮ ਮੈਂ ਤੁਹਾਨੂੰ ਕੱਢ ਦੇਣਾ ਵਿੱਚੋਂ, ਮੈਂ ਤੁਹਾਨੂੰ ਦੱਸਾਂ ਜੇ ਸੀਨੀਅਰ ਨਾਲ ਵਿੱਚ ਪਾ ਲਿਆ ਫਿਰ ਆਪਾਂ, ਪਰ ਤੁਸੀਂ ਨਾਲ ਰੱਖ ਲਾਂਗੇ, ਤੁਹਾਨੂੰ ਕੋਈ ਗੱਲ ਨਹੀਂ, ਤੁਹਾਨੂੰ ਨਾਲ ਹੀ ਰੱਖਣਾ, ਕੋਈ ਗੱਲ ਨਹੀਂ ਮੈਡਮ, ਕੋਈ ਫਰਕ ਨਹੀਂ ਪੈਂਦਾ। ਮੈਂ ਤਾਂ ਤੁਹਾਡਾ ਕੰਟੈਕਟ ਕਰਵਾ ਰਹੀ ਹਾਂ। ਉਹ ਨਹੀਂ, ਤੁਹਾਨੂੰ ਨਹੀਂ ਕੱਢਣਾ ਵਿੱਚੋਂ, ਮੈਂ ਉਹੀ ਤਾਂ ਨਾ ਵੀ ਮੈਂ ਤੁਹਾਨੂੰ ਨਾਲ ਰੱਖਾਂਗੇ, ਕੋਈ ਗੱਲ ਨਹੀਂ, ਠੀਕ ਆ। ਹਾਂਜੀ, ਜ਼ਿਆਦਾ ਨਹੀਂ, ਥੋੜਾ ਬਹੁਤਾ ਦੇ ਦਿਓ ਮੈਡਮ। 100 ਕਰੋੜ ਤੁਹਾਡਾ ਪੱਕਾ, ਜੇ ਸੀਨੀਅਰ ਨੂੰ ਵੀ ਵਿੱਚੋਂ ਦੇਣਾ ਪੈ ਗਿਆ, 3 ਹਿੱਸੇ ਕਰ ਲਾਂਗੇ, ਮੈਂ ਆਪਦੇ ਨਹੀਂ ਦੇ ਦੂੰ 100 ਕਰੋੜ ਤੁਹਾਨੂੰ। ਓਕੇ, ਠੀਕ ਠੀਕ ਹੈ ਆ ਜੀ, ਠੀਕ ਹੈ ਸਰ, ਕੋਈ ਗੱਲ ਨਹੀਂ ਜੀ, ਮੈਂ ਤੁਹਾਡੀ ਗੱਲ ਕਰਾ ਦਿੰਦੀ, ਪੱਕਾ ਓਕੇ ਕਰਾ ਦਿੰਦੀ। ਓਕੇ ਓਕੇ ਮੈਡਮ, ਓਕੇ, ਓਕੇ ਸਰ, ਠੀਕ ਹੈ, ਥੈਂਕ ਯੂ ਮੈਡਮ। ਥੈਂਕ ਯੂ ਸੋ ਮਚ।